1640 ਵਿੱਚ ਰਵਿਦਾਸ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦੇ ਹੋਏ ਕਾਂਸ਼ੀ ਬਨਾਰਸ ਵਿਖੇ 50 ਸੰਗਤਾਂ ਦਾ ਜੱਥਾ ਬਨਾਰਸ ਤੋਂ ਮੱਥਾ ਟੇਕ ਕੇ ਵਾਪਸ ਜੈਤੋ ਪਹੁੰਚਿਆ। ਇਹ ਜੱਥਾ 8 ਫਰਵਰੀ ਨੂੰ ਜੈਤੋ ਤੋਂ ਬਨਾਰਸ ਗਿਆ ਸੀ। ਇਹ ਜੱਥੇ ਦੀ ਅਗਵਾਈ ਹੁਕਮ ਚੰਦ ਰਵਿਦਾਸੀਆ ਨੇ ਕੀਤੀ। ਇਸ ਮੌਕੇ ਸੰਗਤਾਂ ਦੇ ਆਉਣ ਦੀ ਖੁਸ਼ੀ ਵਿੱਚ ਕਿੱਕਰ ਸਿੰਘ ਧਾਲੀਵਾਲ ਬਹੁਜਨ ਸਮਾਜ ਪਾਰਟੀ ਵੱਲੋਂ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਦੇ ਗਲਾਂ ਵਿੱਚ ਹਾਰ ਪਾਏ ਗਏ। ਇਸ ਤੋਂ ਬਾਅਦ ਰਵਿਦਾਸ ਮੰਦਿਰ ਵਿੱਚ ਜਾ ਕੇ ਆਰਤੀ ਕੀਤੀ ਗਈ ਅਤੇ ਸੰਗਤਾਂ ਵੱਲੋਂ ਸਾਰੀ ਰਾਤ ਰਵਿਦਾਸ ਮਹਾਰਾਜ ਦਾ ਗੁਣਗਾਨ ਕੀਤਾ ਗਿਆ ਅਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਵੀ ਦੇਖਿਆ ਗਿਆ। 8 ਫਰਵਰੀ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਮਨਾਉਣ ਲਈ ਬਨਾਰਸ ਵਿਖੇ ਹਰ ਸਾਲ ਹੀ ਬਨਾਰਸ ਵਿਖੇ ਅਸੀਂ ਜੱਥਾ ਰਵਿਦਾਸ ਮਹਾਰਾਜ ਦਾ ਜਨਮ ਦਿਨ ਮਨਾਉਣ ਵਾਸਤੇ ਜਾਂਦਾ ਹੈ ਔਰ ਸਾਡੀ ਜੋ ਯਾਤਰਾ ਹੈ ਰਵਿਦਾਸ ਮਹਾਰਾਜ ਦੀ ਬਹੁਤ ਠੀਕ ਠਾਕ ਯਾਤਰਾ ਬਹੁਤ ਵਧੀਆ ਯਾਤਰਾ ਰਹੀ ਹੈ। ਅਸੀਂ ਜੱਥੇ ਦੇ ਵਿੱਚ ਘੱਟ ਤੋਂ ਘੱਟ 50 ਮੈਂਬਰ ਸੀ ਸਾਡੇ ਨਾਲ ਜੋ ਬਾਲਮੀਕ ਕਲੋਨੀ 'ਚੋਂ ਇਹ ਜੱਥਾ ਗਿਆ। ਜੈਤੋਂ ਤੋਂ ਅਜਾਦ ਟੀਵੀ ਨਿਊਜ਼ ਦੇ ਲਈ ਵਿਪਨ ਗੋਇਲ ਦੀ ਰਿਪੋਰਟ।